लो जी आप हो चुके हैं लाइव, ठीक है जी। ਤੁਸੀਂ ਸਾਰੇ ਆਰਟਿਸਟਾਂ ਨੂੰ ਜਾਣਦੇ ਹੋ ਜੀ। ਆ ਭੰਗੂ ਮੈਡਮ, ਆ ਸਾਡੇ ਭੂਆ ਨਿਰਮਲ ਰਿਸ਼ੀ ਜੀ, ਸਾਡੇ ਨਾਲ ਦੇ ਪਿੰਡ ਖੀਵੇ ਤੋਂ, ਵੱਡੇ ਖੀਵੇ ਤੋਂ, ਠੀਕ ਹੈ। ਨਵਦੀਪ ਕਲੇਰ, ਸਤਿ ਸ਼੍ਰੀ ਅਕਾਲ ਜੀ। ਸੋਹੀ ਭਾਜੀ, ਵੱਡੇ ਬਾਈ ਜੀ ਸਾਡੇ, ਮਲਕੀਤ ਭਾਜੀ ਪਿੱਛੇ ਖੜੇ ਨੇ, ਸਾਡੇ ਰਾਈਟਰ ਫਿਲਮ ਦੇ ਮੋਹਿਤ ਬਨਵੈਤ, ਸਾਡੀ ਫਿਲਮ ਦੇ ਪ੍ਰੋਡਿਊਸਰ, ਨਾਲ ਡਾਇਰੈਕਟਰ ਸਾਹਿਬ, ਨਾਲ ਜੀ ਟਾਟਾ ਸਾਹਿਬ, ਸਾਡੇ ਫਿਲਮ ਦੇ ਬਹੁਤ ਰੀੜ ਦੀ ਹੱਡੀ ਕਹਿ ਸਕਦੇ ਹਾਂ, ਠੀਕ ਹੈ। ਰੀੜ ਦੀ ਹੱਡੀ ਦੀ ਪ੍ਰੋਬਲਮ ਹੈ ਥੋੜੀ। ਉਸ ਤੋਂ ਇਲਾਵਾ ਇੱਕ ਹੋਰ ਪ੍ਰੋਡਿਊਸਰ ਸਾਡੇ ਫਿਲਮ ਦੇ, ਮਨੀ ਧਾਲੀਵਾਲ ਦਾਰਾ ਪ੍ਰੋਡਕਸ਼ਨ ਤੋਂ, ਸੰਗਾ ਸਾਹਿਬ ਸਤਿ ਸ਼੍ਰੀ ਅਕਾਲ ਵੀਰੇ। ਕਮਾਲ ਕਾ ਡਰਾਈ ਦਿੱਤਾ ਯਾਰ, ਕਮਾਲ ਦੀ ਗੱਲ ਹੈ। ਹੋਰ ਵੀਰੋ ਠੀਕ ਠਾਕ ਹੋ? ਫੇਸਬੁੱਕ ਵਾਲਿਓ, ਲਾਵਾਂ ਫਿਰਨ ਤੁਸੀਂ ਬਹੁਤ ਪਿਆਰ ਦਿੱਤਾ, ਹੁਣ ਤੁਸੀਂ ਪ੍ਰਾਹੁਣੇ ਨੂੰ ਪਿਆਰ ਦੇਣਾ, ਪ੍ਰਾਹੁਣੇ ਨੂੰ ਦੇਣਾ ਹੀ ਪੈਣਾ। ਮੇਰੇ ਵਰਗਾ ਚਾਹੀਦਾ ਖੌਰੂ ਪਾਉਣ ਵਾਲਾ, ਫਿਰ ਸਭ ਠੀਕ ਰਹਿੰਦੀਆਂ ਨੇ ਕੁੜੀਆਂ। ਪ੍ਰਾਹੁਣ ਤਾਂ ਜਮਾ ਹੀ ਦੇਖੋ ਕਮਾਲ ਕੀਤੀ ਪਈ ਹੈ, ਮੇਰੇ ਪ੍ਰਾਹੁਣੇ ਕੁੜੀਆਂ ਮੇਰੀਆਂ ਇੰਨੀਆਂ ਸਾਊ, ਇਹਨਾਂ ਨੇ ਦਾਰੂ ਪੀ ਪੀ ਕੇ ਉਹਨਾਂ ਦੀ ਵੀ ਮੱਤ ਮਾਰੀ ਪਈ ਹੈ। ਮਾੜਾ ਮੋਟਾ ਕੁਛ ਉੱਤੋਂ ਦੀ ਹੋ ਗਏ ਨਾ, ਕੀ ਪ੍ਰਾਹੁਣੇ ਚੰਗੇ ਆ? ਦਾਰੂ ਪੀ ਕੇ ਲੱਟਦੇ ਆਉਂਦੇ ਨੇ, ਬਾਹਰ ਮੂਹਰੋਂ ਚੱਕ ਕੇ ਫਿਰ ਅੰਦਰ ਵਾੜੀ ਦਾ, ਅੰਦਰੋਂ ਚੱਕ ਕੇ ਬਾਹਰ ਸਿੱਟੀ ਦਾ ਇਹਨਾਂ ਨੂੰ। ਮੇਰੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਕੁਲਵਿੰਦਰ ਬਿੱਲਾ ਜਿਹੜਾ, ਕੁਲਵਿੰਦਰ ਬਿੱਲਾ ਦੇਖੋ ਹੁਣ ਜਾਣਾ ਤਾਂ ਹੈਗਾ, ਜੇ ਚੰਗਾ ਨਿਕਲੂਗਾ ਠੀਕ ਹੈ, ਨਹੀਂ ਫਿਰ ਇਹ ਚਿੱਤਰ ਖਾਊਗਾ। ਲਓ ਜੀ ਆਪਾਂ ਹੈ ਨਹੀਂ ਤਾਂ ਫਿਰ ਬਰੰਗ ਮੋੜਾਂਗੇ। ਅੱਛਾ ਬਰੰਗ ਮੋੜਾਂਗੇ ਵੀਰ, ਬਰੰਗ ਠੀਕ ਹੈ ਠੀਕ ਹੈ, ਸਾਰੀ ਚੱਲ ਰਹੀ ਹੈ ਸ਼ੂਟਿੰਗ ਵਿੱਚ ਚੱਲਦੀ ਚੱਲ। ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪੁਰਾਣਾ ਫਿਲਮ ਤੇ ਬੜਾ ਇੰਜੋਏ ਕਰ ਰਿਹਾ, ਬਹੁਤ ਪਿਆਰੀ ਫਿਲਮ ਬਣ ਰਹੀ ਹੈ, ਬਹੁਤ ਹੀ ਪਿਆਰੀ ਬਣ ਰਹੀ ਹੈ। ਹਾਂ ਬਹੁਤ ਹੀ ਪਿਆਰੇ ਪਰਾਉਣੇ ਨੇ ਸਾਡੇ, ਏਦਾਂ ਹੱਸਣ ਦੀਆਂ ਗੱਲਾਂ ਨੇ, ਚਲੋ ਬੜੇ ਹੀ ਪਿਆਰੇ। ਤੁਸੀਂ ਦੇਖੋਗੇ ਤਾਂ ਫੇਰ ਹੀ ਪਤਾ ਲੱਗੂ, ਸਾਰੇ ਦੇਖਣਾ ਨਾ ਭੁੱਲਣਾ ਪੁਰਾਣਾ। ਬਿੱਲਾ ਬਿੱਲੇ ਬਾਈ ਵਾਸਤੇ ਇਹ ਕਹੂੰਗਾ ਮੈਂ, ਦਿਲੋਂ ਕਹਿ ਰਿਹਾ ਤੁਸੀਂ ਸਾਰਿਆਂ ਨੇ ਦੇਖਿਆ ਕਿ ਬਿੱਲੇ ਬਾਈ ਦੇ ਵਿੱਚ ਜਿਹੜੀ ਨਾ ਇੱਕ ਐਕਟਰ ਦੇ ਵਿੱਚ ਹੋਣੀ ਚਾਹੀਦੀ ਹੈ ਦੇਸੀਪਣ, ਉਹ ਮੈਨੂੰ ਬਿੱਲੇ ਬਾਈ ਚੋਂ ਨਜ਼ਰ ਆਇਆ, ਮਿਲ ਚੁੱਕੇ ਪਗੜੀ। ਹੁਣ ਹੌਲੀ ਹੌਲੀ ਕਰਕੇ ਆਪਾਂ ਸਾਡੇ ਦੇਵ ਭਾਜੀ, ਸਾਡੇ ਸਿਰਾ ਫੋਟੋਗ੍ਰਾਫਰ, ਲਓ ਜੀ ਹੁਣ ਅਸਲੀ ਸਾਡੇ ਰੀੜ ਦੀ ਹੱਡੀ ਕਹਿ ਸਕਦੇ ਜਿਹੜੀ ਅਸਲੀ ਹੈ, ਸਾਡੇ ਫਿਲਮ ਦੇ ਡਾਇਰੈਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ, ਅਤੇ ਬਹੁਤ ਵਧੀਆ ਸ਼ੂਟਿੰਗ ਚੱਲ ਰਹੀ ਹੈ, ਬਿੱਲਾ ਭਾਜੀ ਬਹੁਤ ਸੋਹਣਾ ਕੰਮ ਕਰ ਰਹੇ ਨੇ, ਮੈਂ ਪਹਿਲੀ ਵਾਰੀ ਉਹਨਾਂ ਦੇ ਨਾਲ ਕੰਮ ਕਰ ਰਿਹਾ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ, ਮੇਰੀ ਐਕਸਪੈਕਟੇਸ਼ਨ ਤੋਂ ਉੱਤੇ ਜਾ ਕੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਮੈਨੂੰ ਪੂਰੀ ਉਮੀਦ ਹੈ। ਤੁਹਾਨੂੰ ਕਿੱਦਾਂ ਲੱਗਿਆ ਤੁਹਾਡਾ ਸੁਪਨਾ ਪੂਰਾ ਹੋ ਗਿਆ, ਵੀ ਜਿਹੜਾ ਤੁਹਾਡਾ ਸੋਚਿਆ ਸੀਗਾ ਵੀ ਜੋ ਇੱਕ ਚੰਗੇ ਆਰਟਿਸਟ ਨਾਲ ਕੰਮ ਕਰਕੇ ਤੁਹਾਡਾ ਪੂਰਾ ਹੋ ਚੁੱਕਿਆ ਹੁਣ? ਜੀ ਬਿਲਕੁਲ ਜੀ ਬਿਲਕੁਲ, ਮੈਨੂੰ ਬਹੁਤ ਵਧੀਆ ਲੱਗਿਆ, ਜੋ ਅਸੀਂ ਸੋਚਿਆ ਸੀਗਾ ਕਿ ਸਾਡਾ ਮੇਨ ਪ੍ਰਾਹੁਣੇ ਦਾ ਜਿਹੜਾ ਕਰੈਕਟਰ ਹੈਗਾ ਆ ਹੈ ਨਾ, ਜੋ ਅਸੀਂ ਕਨਸੀਵ ਕੀਤਾ ਸੀਗਾ, ਬਿੱਲਾ ਭਾਜੀ ਉਹਦੇ ਉੱਤੇ ਖਰੇ ਉਤਰਦੇ ਨਜ਼ਰ ਆ ਰਹੇ ਨੇ ਜੀ। ਕੀ ਬਾਤ ਹੈ ਜੀ, ਥੈਂਕ ਯੂ ਸੋ ਮਚ। ਹਾਂਜੀ ਮੋਹਿਤ ਜੀ, ਤੁਸੀਂ? ਮੈਂ ਸਭ ਤੋਂ ਪਹਿਲਾਂ ਇਹੀ ਕਹੂੰਗਾ ਵੀਰੇ, ਸਾਡੀ ਐਕਸਪੈਕਟੇਸ਼ਨ ਤੋਂ ਵੱਧ ਤੁਸੀਂ ਕੰਮ ਕੀਤਾ, ਘੈਂਟ ਕੰਮ ਕੀਤਾ ਤੇ ਪੂਰਾ ਪਰਫੈਕਟ ਕੰਮ ਹੋ ਰਿਹਾ, ਬਸ ਪੂਰੀ ਬੱਲੇ ਬੱਲੇ ਹੋਊਗੀ ਘੈਂਟ ਗੱਲਬਾਤ। ਮਨੀ ਸਾਹਿਬ ਨਹੀਂ, ਬਸ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਜਿਹੜੇ ਕਲਚਰ ਨਾਲ ਰਿਲੇਟਡ ਫਿਲਮਾਂ ਆ, ਪਹਿਲਾਂ ਮੰਜੇ ਵਿਸਤਰੇ ਬਣੀ ਸੀ, ਬਹੁਤ ਪਿਆਰ ਦਿੱਤਾ ਤੁਸੀਂ, ਲਾਵਾਂ ਫੇਰੇ ਨੂੰ ਬਹੁਤ ਪਿਆਰ ਦਿੱਤਾ, ਇਸੇ ਤਰ੍ਹਾਂ ਪੁਰਾਣਾ ਕੰਸੈਪਟ ਆ ਇੱਕ ਸਾਡੇ ਕਲਚਰ ਨਾਲ ਰਿਲੇਟਡ ਆ, ਬਹੁਤ ਹੀ ਘੈਂਟ ਸ਼ੂਟ ਹੋ ਰਿਹਾ ਜੀ, ਬੱਲੇ ਬੱਲੇ ਪੂਰੀ ਹੋਈ ਪਈ ਆ, ਸੋ ਸਾਰਿਆਂ ਨੇ ਇਹਨੂੰ ਪੂਰਾ ਪਿਆਰ ਦੇਣਾ ਜੀ, ਪੂਰਾ ਦੱਬ ਕੇ ਸ਼ੇਅਰ ਕਰੋ। ਬਾਈ ਨੂੰ ਆਪਾਂ ਲਾਂਚ ਕਰ ਰਹੇ ਹਾਂ, ਬਿੱਲੇ ਬਾਈ ਨੂੰ ਇੱਕ ਵਾਰ ਸਿਰਾ ਲਾ ਦਿਓ, ਬਾਈ ਜੀ ਬਹੁਤ ਘੈਂਟ ਕੰਮ ਹੋ ਰਿਹਾ। ਸੰਗਾ ਭਾਜੀ ਕੁਝ ਕਹਿਣਾ ਚਾਹੁੰਦੇ ਹੋ? ਮੈਂ ਬਹੁਤ ਕੁਝ ਕਹਿਣਾ ਚਾਹੁੰਦਾ, ਮੈਂ ਆਪਣੇ ਪੇਜ ਤੋਂ ਵੀ ਲਾਈਵ ਆ, ਮੈਂ ਆਹ ਦੇਖੋ ਤੁਸੀਂ ਬਿੱਲਾ ਲਾਈਵ ਹੋ ਗਿਆ, ਬਸ ਹੋ ਗਿਆ, ਤੁਸੀਂ ਵੀ ਬੋਲੀ ਜਾਓ, ਮੈਂ ਵੀ ਬੋਲੀ ਜਾਂਦਾ, ਮੈਂ ਬਾਈ ਜੀ ਬਹੁਤ ਵਧੀਆ ਕੰਮ, ਮੈਂ ਵੀ ਬਹੁਤ ਵਧੀਆ ਕੰਮ ਕੀਤਾ ਬਾਈ, ਮੈਂ ਜਮੀ ਸਿਰਾ ਲਾਤਾ, ਮੈਂ ਜਮਾ ਮੈਂ ਮਹਾ ਸਿਰਾ ਲਾਤਾ, ਬੰਦਾ ਬਣ ਜਾ, ਮੈਂ ਪਹਿਲਾਂ ਹੀ ਬੰਦਾ ਆ, ਮੈਂ ਮੈਂ
ਬਾਕੀ ਬਿੱਲਾ ਭਾਜੀ ਸਾਡੀ ਫਿਲਮ ਦੇ ਹੀਰੋ ਆ। ਅਸਲੀ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ, ਅਸਲੀ ਨਜ਼ਾਰੇ ਹੋਣਗੇ, ਉਹ ਤੁਸੀਂ ਪੂਰੀ ਫਿਲਮ ਦੇਖੋਗੇ ਪ੍ਰਾਹੁਣੇ ਦੇ ਵਿੱਚ। ਤੁਸੀਂ ਹੁਣੀ ਦੇਖ ਸਕਦੇ ਹੋ ਕਿ ਇੰਨੀ ਨੇਰੀਆਂ ਲਿਆਂਦੀਆਂ ਵਜੇ ਨੇ ਸੰਘਾ ਸਾਹਿਬ। ਕੀ ਬਾਤ ਹੈ, ਹੁਣ ਤੁਹਾਨੂੰ ਅਸਲੀ ਹੋਰ ਦੂਜੇ ਕਰੈਕਟਰਾਂ ਕੋਲੇ ਲੈ ਕੇ ਚੱਲਿਆ, ਕਰਮਜੀਤ ਅਨਮੋਲ ਭਾਜੀ ਕੋਲੇ, ਜਿੰਨੇ ਹੋਰ ਸਾਰੇ ਆਰਟਿਸਟ ਨੇ ਉਹਨਾਂ ਕੋਲ ਲੈ ਕੇ ਚੱਲੇ। ਆ ਜਾਣੀ ਮੈਡਮ, ਲਓ ਜੀ ਸਾਡੀ ਫਿਲਮ ਦੇ ਵਿੱਚ ਗੈਸਟ ਐਂਟਰੀ ਹੈ ਜੀ ਭਰਾ ਦੀ ਸਾਡੇ ਦੀ, ਸਾਡਾ ਛੋਟਾ ਵੀਰ ਹੈ ਮਹਿਤਾਬ ਸਾਹਿਬ। ਹਾਂਜੀ, ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਮਾਹੌਲ ਹੈ ਜੀ, ਫਿਲਮ ਬਹੁਤ ਘੈਂਟ ਸ਼ੂਟ ਹੋ ਰਹੀ ਹੈ ਤੇ ਸਰਪ੍ਰਾਈਜ਼ ਮਿਲੂਗਾ, ਬਹੁਤ ਬਹੁਤ ਸੋਹਣੇ ਸੋਹਣੇ ਤੁਹਾਨੂੰ ਸੀਨ ਮਿਲਣਗੇ। ਤੁਹਾਡਾ ਸੁਪਨਾ ਪੂਰਾ ਹੋ ਗਿਆ ਮੇਰੇ ਨਾਲ ਕੰਮ ਕਰਕੇ? ਮੈਂ ਤੁਹਾਡੇ ਨਾਲ ਕੰਮ ਕਰਕੇ ਬਿੱਲੇ ਬਿੱਲੇ ਭਾਈ ਨੂੰ ਬਹੁਤ ਸਾਰਾ ਪਿਆਰ ਲੱਗ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਨੂੰ ਬਿੱਲੇ ਵੀਰ ਦਾ ਬਹੁਤ ਕੰਮ ਪਸੰਦ ਆਇਆ ਜੀ, ਮਜ਼ਾ ਆਉਂਦਾ ਕੰਮ ਦੇਖ ਕੇ, ਤੇ ਸਾਰੇ ਭਰਾ ਫਿਲਮ ਨੂੰ ਪਿਆਰ ਦਿਓ ਜੀ, ਤੇ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਹੁਣ ਆਪਾਂ ਕਰਮਜੀਤ ਅਨਮੋਲ ਭਾਜੀ ਕੋਲੇ ਚੱਲੇ, ਠੀਕ ਹੈ ਜੀ? ਆ ਜਾਓ ਜੀ, ਆ ਜਾਓ। ਲਓ ਜੀ ਹੁਣ ਆਪਾਂ ਕਰਮਜੀਤ ਅਨਮੋਲ ਭਾਜੀ ਕੋਲੇ, ਫਿਲਮ ਦੀ ਹੀਰੋਇਨ ਕੋਲੇ ਤੁਹਾਨੂੰ ਲੈ ਕੇ ਜਾਵਾਂਗੇ, ਸਾਰਿਆਂ ਕੋਲੇ ਇਕੱਲੇ ਇਕੱਲੇ ਪਹੁੰਚਦੇ ਹੀ। ਹਾਂਜੀ ਹਾਂਜੀ ਹਾਂਜੀ, ਸੈਲਫੀ ਦੇ ਨਾਲ ਨਾਲ ਸਾਡੇ ਦੇ ਭਾਜੀ ਦੀ ਫੈਮਿਲੀ ਵਿਦ ਅਸੀਂ ਪਹੁੰਚੇ ਹੋਏ ਜੀ। ਹਾਂਜੀ ਕਿਵੇਂ ਹੈ, ਠੀਕ ਹੈ? ਲਓ ਜੀ ਖਿੱਚੋ ਫੋਟੋ ਜੀ, ਖਿੱਚੋ ਜੀ। ਕਿਆ ਬਾਤ ਹੈ ਜੀ, ਇਹਨੇ ਅਸੀਂ ਵੈਂਟੀਆਂ ਦੇ ਵਿੱਚ ਜਾ ਕੇ ਦੇਖੋਗੇ, ਇਹ ਤਾਂ ਹਾਸੀਆਂ ਖੇਡੀਆਂ ਹੋ ਰਹੀਆਂ ਨੇ, ਹਜੇ ਬਹੁਤ ਸਾਰਾ ਇੰਜੋਏ ਹੋਣਾ ਹੈ, ਪੈਣਗੀਆਂ ਲੁੱਡੀਆਂ, ਆਉਣਗੇ ਸਵਾਲ। ਕਿਆ ਬਾਤ ਹੈ ਸਿੰਘ ਧਨਵੰਤ ਜੀ, ਇੱਕ ਮਿੰਟ ਆਇਆ ਜੀ, ਇੱਕ ਮਿੰਟ ਜੀ, ਇੱਕ ਮਿੰਟ, ਠੀਕ ਆ ਗਏ? ਲਓ ਜੀ ਸਾਡੀ ਟੀਮ ਦੇ ਤੁਹਾਨੂੰ ਪਤਾ ਹੈ ਜੀ, ਜੋ ਕਿ ਅੱਜ ਦੇ ਅੱਜ ਦੇ ਹੀਰੋ, ਤੇ ਕੋਈ ਵੀ ਫਿਲਮ ਇਹਨਾਂ ਬਿਨਾਂ ਸਿਰੇ ਨਹੀਂ ਚੜ੍ਹਦੀ ਹੈਗੀ, ਸਾਡੇ ਵੱਡੇ ਭਾਈ ਤੇ ਮੇਰੇ ਨਾਲ ਦੇ ਗਵਾਂਢੀ ਪਿੰਡ ਦੇ ਗੰਢੂ ਵਾਲਾ ਕਰਮਜੀਤ ਮੋਲ ਅਨਮੋਲ ਭਾਜੀ, ਕੀ ਕਹਿਣਾ ਤੁਹਾਨੂੰ ਫਿਲਮ ਬਾਰੇ? ਬਹੁਤ ਵਧੀਆ ਜੀ, ਸਾਡੀ ਫਿਲਮ ਪ੍ਰਾਹੁਣਾ ਆ ਰਹੀ ਹੈ, ਔਰ ਬਿੱਲਾ ਬਹੁਤ ਵਧੀਆ ਇਹਦੇ ਚ ਕਰੈਕਟਰ ਨਿਭਾ ਰਿਹਾ, ਕਰੈਕਟਰ ਨੀ ਮਤਲਬ ਹੀਰੋ, ਬਹੁਤ ਕਮਾਲ ਦਾ। ਔਰ ਪਰਮਾਤਮਾ ਕਰੇ ਇਹ ਫਿਲਮ ਵੀ ਸਾਡੀ ਸੁਪਰ ਡੁਪਰ ਹਿੱਟ ਹੋਵੇ ਤੇ ਸਾਡਾ ਭਰਾ ਸੁਪਰ ਸਟਾਰ ਹੋਵੇ ਆਉਣ ਵਾਲੇ। ਕੋਈ ਗੱਲ ਹੀ ਸੁਣਾ ਦੋ ਥੋੜਾ, ਜੀਜਾ ਬਣ ਕੇ ਦਿਖਾ ਦੋ ਮਾੜਾ ਜਿਹਾ। ਮੈਂ ਦੱਸੂਗਾ ਗੰਡੂ ਵਾਲਾ ਪ੍ਰਾਹੁਣਾ, ਮੈਂ ਪਾ ਦੂ ਖਲਾਰੇ। ਕਿਆ ਬਾਤ ਹੈ, ਨਾਲੇ ਬਾਈ ਸਾਡੇ ਕਰਮਜੀਤ ਨੂੰ ਲਾਵਾਂ ਫੇਰੇ ਦੀਆਂ ਬਹੁਤ ਬਹੁਤ ਮੁਬਾਰਕਾਂ, ਥੋੜਾ ਜਿਹਾ ਮੂੰਹ ਬਿੰਗਾ ਕਰਕੇ ਡਾਇਲੋਗ ਮਾਰ ਦੋ। ਦੇਖੋ ਬਈ, ਜਿਵੇਂ ਤੁਸੀਂ ਸਾਡੀ ਲਾਵਾਂ ਫੇਰੇ ਨੂੰ ਪਿਆਰ ਦਿੱਤਾ, ਉਵੇਂ ਅਸੀਂ ਪ੍ਰਾਹੁਣੇ ਨੂੰ ਵੀ ਪਿਆਰ ਦੇਣਾ, ਠੀਕ ਹੈ ਬਈ? ਲੈ ਵੀ ਬਿੱਲਿਆ, ਮੇਰੀ ਗੱਲ ਹੋਈ ਕਦੋਂ, ਮੈਂ ਆ ਬਿਜੀ ਫੋਨ ਦੇ, ਤੂੰ ਹੁਣ ਦੂਜੇ ਸਟਾਰ ਕੋਲ ਚੱਲ। ਚਲੋ ਜੀ ਸੋਹੀ ਭਾਜੀ, ਤੁਸੀਂ ਵੀ ਥੋੜਾ ਜਿਹਾ ਮੇਲਾ ਲੁੱਟ ਦੋ। ਅਸੀਂ ਬਹੁਤ ਬਿਗ ਫੈਨ ਆਗੇ, ਤੁਹਾਨੂੰ ਵੀ ਪਤਾ ਜੀ, ਸਾਰਿਆਂ ਨੂੰ ਪਤਾ, ਆਪਾਂ ਸਾਰੇ ਫੈਨ ਆ ਬਚਪਨ ਤੋਂ ਲੈ ਕੇ ਹੁਣ ਤੱਕ, ਭਾਜੀ ਨੂੰ ਏਦਾਂ ਦੀ ਦੇਖਦੇ ਆਏ, ਏਦਾਂ ਦੇ ਪਤਾ ਨੀ ਕੀ ਖਾਂਦੇ ਹੈਗੇ, ਠੀਕ ਹੈ? ਉਹੋ ਜੀ ਪੈਣੇ ਮੂਹਰੇ ਮੁੰਡੇ ਖੁੰਡੇ, ਫਿਰ ਵੀ ਇਲਾਕੇ ਦੇ ਬੰਦੇ ਆ, ਤੁਹਾਡੇ ਦਵਾਵਾਂ ਨੇ ਮੇਰੇ ਨਾਲ, ਜਿਹੜੇ ਯੰਗ ਮੁੰਡੇ ਯੰਗ ਬਲੱਡ ਜੁੜਿਆ ਉਹਨਾਂ ਨਾਲ ਬੈਠ ਕੇ, ਮੈਂ ਵੀ ਉਦਾਂ ਫੀਲ ਕਰਦਾ, ਅਗਲੇ ਆਰਟਿਸਟ ਆ ਇਹਦੇ ਵਿਚ, ਕੌਣ ਕੌਣ ਹੈ? ਲਓ ਜੀ ਆਪਾਂ ਨੈਕਸਟ, ਲਓ ਜੀ ਲਓ ਜੀ ਲੋ ਇਧਰ ਫੋਨ ਤੇ ਲੱਗੇ ਹੋਏ ਨੇ। ਅੱਛਾ ਆ ਮੈਡਮ ਜੀ ਰਹਿ ਗਏ ਸੀ ਸਾਡੇ, ਅੱਜ ਅਸੀਂ ਪ੍ਰਾਹੁਣਾ ਦੇ ਸੈੱਟ ਤੇ ਆ ਜੀ ਸਾਰੇ, ਬਹੁਤ ਖੂਬਸੂਰਤ ਫਿਲਮ ਹੈ, ਬਹੁਤ ਅੱਛਾ ਪ੍ਰੋਜੈਕਟ ਹੈ ਜੀ, ਪਰਿਵਾਰ ਚ ਬੈਠ ਕੇ ਦੇਖਣ ਵਾਲੀ ਫਿਲਮ ਬਣ ਰਹੀ ਹੈ ਜੀ, ਔਰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ ਜੀ, ਔਰ ਕੁਲਵਿੰਦਰ ਬਿੱਲਾ ਮੇਰਾ ਫੇਵਰੇਟ ਸਿੰਗਰ,
ਔਰ ਮੈਂ ਇਹਨੂੰ ਹਮੇਸ਼ਾ ਜਦੋਂ ਵੀ ਮਿਲਣਾ ਮੈਂ ਕਹਿੰਦੀ ਹੁੰਦੀ ਸੀ ਕਿ ਤੂੰ ਬਹੁਤ ਅੱਛਾ ਐਕਟਰ ਹੈ ਤੈਨੂੰ ਫਿਲਮ ਕਰਨੀ ਚਾਹੀਦੀ ਹੈ ਸੋ ਮੈਂ ਖੁਸ਼ ਹਾਂ ਜੀ ਕੁਲਵਿੰਦਰ ਬਿੱਲਾ ਇਸ ਫਿਲਮ ਦੇ ਵਿੱਚ ਐਕਟ ਕਰ ਰਿਹਾ ਔਰ ਬਹੁਤ ਸੋਹਣੀ ਫਿਲਮ ਹੈ ਜੀ ਪਰਿਵਾਰ 'ਚ ਬਹਿ ਕੇ ਦੇਖਣ ਵਾਲੀ ਸਾਰਿਆਂ ਨੇ ਦੇਖਣੀ ਹੈ ਜੀ ਬਹੁਤ ਸੋਹਣੀ ਫਿਲਮ ਆ ਤੇ ਬਾਕੀ ਮੈਡਮ ਨਾਲ ਆਲਰੇਡੀ ਪਹਿਲਾਂ ਕੰਮ ਕਰ ਚੁੱਕੇ ਨੇ ਐਂਟੀਨੇ ਸੌਂਗ ਦੇ ਵਿੱਚ ਹਾਂ ਜੀ ਇਹਨਾਂ ਦਾ ਸੁਪਨਾ ਤਾਂ ਪੂਰਾ ਹੋ ਚੁੱਕਿਆ ਹੈ ਫਿਰ ਵੀ ਇੱਕ ਵਾਰੀ ਮੇਰੇ ਨਾਲ ਕੰਮ ਕਰਨ ਦਾ ਲਓ ਜੀ ਮੈਡਮ ਹੋਰੀ ਫੋਨ ਤੇ ਬਿਜੀ ਨੇ ਥੋੜਾ ਜਿਹਾ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਭੂਆ ਸਾਡੇ ਪਿੰਡ ਵਾਲੀ ਭੂਆ ਮੈਂ ਤਾਂ ਖੁਸ਼ ਹਾਂ ਭਾਈ ਮੇਰਾ ਭਤੀਜਾ ਕੰਮ ਕਰਦਾ ਫਿਲਮਾਂ 'ਚ ਪਿੰਡ ਦਾ ਕੁੱਤਾ ਨੀ ਮਾਣ ਹੁੰਦਾ ਤਾਂ ਭਤੀਜਾ ਓਕੇ ਜੀ ਬੇਇੱਜ਼ਤੀ ਕਰੀਏ ਕਿ ਤੁਸੀਂ ਨਾ ਨਾ ਫਨਕਾਰ ਦੇ ਨਾਲ ਮੈਨੂੰ ਮੌਕਾ ਮਿਲਿਆ ਜੀ ਕੰਮ ਕਰਨ ਦਾ ਮੈਂ ਬੜੇ ਭਾਗਾਂ ਦਾ ਸੱਚੀ ਦਿਲੋਂ ਕਹਿੰਦਾ ਹੈਗਾ ਤੁਸੀਂ ਸੱਚੀ ਆਰਟਿਸਟ ਹੋਗੇ ਸਾਡਾ ਤਾਂ ਗੀਤ ਗੂਤ ਚੱਲ ਕੇ ਸਾਨੂੰ ਤਾਂ ਪ੍ਰੋਡਿਊਸਰਾਂ ਨੇ ਲੈ ਲਿਆ ਵੀ ਬਣ ਜੂ ਗੱਲ ਕੀ ਪਤਾ ਪੈਸੇ ਪੂਸੇ ਬਣਾ ਦੇਣ ਪਰ ਪਰਮਾਤਮਾ ਦੀ ਮਿਹਰ ਨਾਲ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਜੀਓ ਥੈਂਕ ਯੂ ਲਵ ਯੂ ਲਵ ਯੂ ਥੈਂਕ ਯੂ ਲਓ ਜੀ ਇਧਰਲੀ ਸਾਈਡ ਆਪਾਂ ਹੁਣ ਪਹੁੰਚਣ ਲੱਗੇ ਹਾਂ ਹਾਂਜੀ ਇਹ ਆਰਟਿਸਟ ਨੇਗੇ ਸ਼ਰਨ ਜੀ ਰਾਜ ਜੀ ਅਕਸ਼ਿਤਾ ਜੀ ਸੋਰੀ ਆਪਾਂ ਉਹਦੇ ਕੰਮਾਂ 'ਚ ਬਿਜ਼ੀ ਨੇ ਸਾਰੇ ਫੋਨਾਂ 'ਤੇ ਲੱਗੇ ਆ ਲਓ ਜੀ ਪ੍ਰਾਹੁਣਾ ਟੀਮ ਅੱਜ ਆਪਾਂ ਲਾਈਵ ਹੋਇਆਂਗੇ ਮੇਰੇ ਫੈਨ ਪੇਜ ਦੇ ਉੱਤੇ ਠੀਕ ਹੈ ਜੀ ਹਾਂਜੀ ਹਾਂਜੀ ਸਾਰੇ ਫੋਨਾਂ 'ਤੇ ਲੱਗੇ ਰਹੋ ਆਹ ਮੈਡਮ ਨੂੰ ਅੱਜ ਬਿਮਾਰ ਹੋ ਗਏ ਜੀ ਠੀਕ ਹੈ ਜੀ ਮੈਡਮ ਨੂੰ ਹਾਂ ਤੇ ਮੈਡਮ ਜੀ ਤੁਸੀਂ ਲਾਵਾ ਫੇਰੇ 'ਚ ਤੁਹਾਨੂੰ ਅਸੀਂ ਦੇਖ ਚੁੱਕੇ ਹਾਂ ਬੜਾ ਵਧੀਆ ਕੰਮ ਕੀਤਾ ਹੈ ਤੁਸੀਂ ਮੇਰੇ ਮੂਵੀ ਜਾਣ ਕੇ ਆਪਣੀ ਸਾਰਿਆਂ ਦੀ ਮੂਵੀ ਪ੍ਰਾਹੁਣਾ ਦੇ ਵਿੱਚ ਕਿੱਦਾਂ ਦਾ ਫੀਲ ਕਰ ਰਹੇ ਹੋ ਕਿੱਦਾਂ ਦੀ ਮੂਵੀ ਬਣ ਰਹੀ ਹੈ ਬਹੁਤ ਵਧੀਆ ਮਾਹੌਲ ਲੱਗ ਰਿਹਾ ਜੀ ਵਿਆਹ ਵਾਲਾ ਪੂਰਾ ਮਾਹੌਲ ਸੈਟ ਕੀਤਾ ਹੋਇਆ ਤੇ ਡ੍ਰੀਮ ਪੂਰਾ ਹੋ ਗਿਆ ਜੀ ਸੌਂਗ ਸਾਰੇ ਸੁਣੇ ਹੋਏ ਅਸੀਂ ਆਪਾਂ ਥੈਂਕ ਯੂ ਕਰਦੇ ਹਾਂ ਜੀ ਥੈਂਕ ਯੂ ਬਹੁਤ ਸਾਰੇ ਮੈਸੇਜ ਨੇ ਇੰਨੇ ਮੈਸੇਜ ਲੰਘ ਚੁੱਕੇ ਨੇ ਆ ਪਿੱਛੇ ਕੁੜੀ ਫੋਨ ਤੇ ਲੱਗੀ ਹੈਗੀ ਨਹੀਂ ਫੋਨ ਤੇ ਨਹੀਂ ਮੈਂ ਫੋਨ ਕੱਟ ਦਿੱਤੀ ਅੱਛਾ ਅੱਛਾ ਸੱਤੀ ਰੱਬੋ ਵਾਲੇ ਸਤਿ ਸ਼੍ਰੀ ਅਕਾਲ ਜੀ ਰਾਜਪ੍ਰੀਤ ਸਿੰਘ ਜੀ ਹਾਏ ਜੀ ਹਾਏ ਹਾਏ ਤੇ ਤੁਸੀਂ ਲਾਵਾਂ ਫੇਰੇ ਨੂੰ ਜਿੰਨਾ ਪਿਆਰ ਦਿੱਤਾ ਜੀ ਸਾਡੀ ਆਉਣ ਵਾਲੀ ਫਿਲਮ ਪ੍ਰਾਹੁਣੇ ਨੂੰ ਵੀ ਉਨਾ ਉਹ ਤੋਂ ਜ਼ਿਆਦਾ ਪਿਆਰ ਦੇਣਾ ਠੀਕ ਹੈ ਠੀਕ ਹੈ ਜੀ ਡਬਲ ਟ੍ਰਿਪਲ ਜਿੰਨਾ ਦੇ ਸਕਦੇ ਉਨਾ ਪਿਆਰ ਦੇਣਾ ਠੀਕ ਹੈ ਜੀ ਆ ਹੁਣ ਜੀ ਰਾਜ ਜੀ ਨਾਲ ਗੱਲ ਕਰੋ ਤੁਸੀਂ ਬਲਵੀਰੋ ਭਾਬੀ ਯਾਨੀ ਕਿ ਸੁੱਚੇ ਸੂਰਮੇਲ ਵਿੱਚ ਆਲਰੇਡੀ ਇਹਨਾਂ ਨੇ ਮੇਰੇ ਨਾਲ ਕੰਮ ਕੀਤਾ ਸਤਿ ਸ਼੍ਰੀ ਅਕਾਲ ਜੀ ਕੁਝ ਕਹਿਣਾ ਚਾਹੁੰਦੇ ਹੋ ਪ੍ਰਾਹੁਣੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਿਲਮ ਆ ਰਹੀ ਹੈ ਜੀ ਕੁਲਵਿੰਦਰ ਬਿੱਲਾ ਜੀ ਦੀ ਪ੍ਰਾਹੁਣਾ ਤਾਂ ਤੁਸੀਂ ਪਲੀਜ਼ ਸਾਰੇ ਦੇਖਿਓ ਬਹੁਤ ਪਿਆਰ ਦਿਓ ਫਿਲਮ ਨੂੰ ਆਪਾਂ ਨੇ ਸੁਪਰ ਹਿੱਟ ਬਣਾਉਣਾ ਹਾਂਜੀ ਬਿੱਲਾ ਜੀ ਥੈਂਕ ਯੂ ਸੋ ਮਚ ਸਾਰੇ ਆਰਟਿਸਟ ਜੀ ਬਹੁਤ ਪਏ ਨੇ ਜੀ ਬਹੁਤ ਲੰਬੀ ਕਤਾਰ ਆ ਬਹੁਤ ਆਰਟਿਸਟ ਨੇ ਹਾਂਜੀ ਹਾਂਜੀ ਭਾਈ ਠੀਕ ਹੋ ਹਾਂਜੀ ਵਧੀਆ ਵਧੀਆ ਲੱਗ ਰਿਹਾ ਤੁਹਾਨੂੰ ਕੰਮ ਕਰਕੇ ਹਾਂਜੀ ਪ੍ਰਾਹੁਣੇ ਦੀ ਬੱਲੇ ਬੱਲੇ ਆ ਮੈਂ ਫੂਕ ਛੱਕ ਜੂਗਾ ਥੈਂਕ ਯੂ ਸੋ ਮਚ ਥੈਂਕ ਯੂ ਲੋ ਜੀ ਹੁਣ ਆਪਾਂ ਆਰਟਿਸਟ ਕੋਲੇ ਚੱਲਿਆ ਆ ਗਏ ਜੀ ਬਾਈ ਮੈਂ ਲਾਈਵ ਹੋਇਆ ਹਾਂ ਮੈਂ ਪਹੁੰਚਨੇ ਆ ਜੀ ਹਜੇ ਬਹੁਤ ਆਰਟਿਸਟ ਨੇ ਜਿਹੜੇ ਅੱਜ ਦੇ ਦਿਨ ਮਿਸਿੰਗ ਨੇ ਤੇ ਬਹੁਤ ਸਾਰੇ ਹਜੇ ਆਰਟਿਸਟਾਂ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਉਂਦੇ ਰਹਾਂਗੇ ਲਾਈਵ ਹੁੰਦੇ ਰਹਾਂਗੇ ਲਓ ਜੀ ਹੁਣ ਆਪਾਂ ਚੱਲੇ ਹਾਂ ਆਹ ਤੁਸੀਂ ਦੇਖ ਸਕਦੇ ਹੋ ਵਾਮਿਕਾ ਦਰਵਾਜ਼ਾ ਖੋਲੋ ਭਾਈ ਅੰਦਰ ਹੈ ਦਰਵਾਜ਼ਾ ਖੋਲੋ ਭਾਈ ਅੰਦਰ ਹੀ ਨੇ ਪੱਕੀ ਗੱਲ ਕੋਸਟਿਊਮ ਵਾਲੇ ਨੇ ਮੈਡਮ ਮਾੜਾ ਛੇਤੀ ਇਹਨਾਂ ਨੂੰ ਦਰਵਾਜ਼ਾ ਖੋਲੋ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਵਾਮਿਕਾ ਮੈਮ ਖੋਲੋ ਖੋਲੋ ਲਓ ਜੀ ਆਪਾਂ ਇਹਨੇ ਮੈਸੇਜ ਪੜ੍ਹਦੇ ਹਾਂ ਮਨੀਰ ਬਿੱਲਾ ਜੀ ਬਿੱਲਾ ਭਾਈ ਸਤਿ ਸ਼੍ਰੀ ਅਕਾਲ ਰੀਅਲੀ ਨਾਈਸ ਆਲ ਇਨਵੋਲਵ ਮੀ ਯੂ ਗਿਵ ਇੰਪੋਰਟੈਂਸ ਟੂ ਐਵਰੀਬਾਡੀ ਥੈਂਕ ਯੂ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸੰਜੇ ਵਰਮਾ ਜੀ ਅੰਚਲ ਸਿੰਘ ਜੀ ਨਿੰਮਾ ਲੁਹਾਰਕੇ ਜੀ ਨਿੰਮਾ ਲੁਹਾਰਕੇ ਬਾਈ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਨੇਹੂ ਰਾਵਤ ਜੀ ਰਾਜਪੂਤ ਕੁੰਵਰ ਜੀਤ ਅਰੋੜਾ ਗੁਰਜਿੰਦਰ ਸਿੰਘ ਢਿੱਲੋਂ ਹਜੇ ਜੀ ਆਪਾਂ ਤੁਹਾਨੂੰ
ਫਿਲਮ ਦੀ ਹੀਰੋਇਨ ਨਾਲ ਮਿਲਾਉਣਾ ਮਿਲਾਵਾਂਗੇ। ਇੱਕ ਦੋ ਮਿੰਟ ਮਿੰਟ ਦੀ ਵੇਟ ਕਰੋ, ਸਿਰਫ 2 ਮਿੰਟ ਦੀ। ਅਤੇ ਮੈਡਮ ਮੇਕਅਪ ਤਾਂ ਹੋ ਰਿਹਾ ਕੁਛ ਸ਼ਾਇਦ, ਅਤੇ ਉਹਨਾਂ ਨੇ ਵੈਂਟੀ ਹਜੇ ਉਹਨਾਂ ਨੇ ਲੋਕ ਹੈਗੀ, ਅਤੇ ਖੋਲ੍ਹਦੇ ਨੇ ਤੁਹਾਨੂੰ ਉਹਨਾਂ ਦਾ ਦਰਸ਼ਨ ਕਰਾਵਾਂਗੇ। ਜਸਵੀਰ ਸਿੰਘ ਸਿੱਧੂ ਜੀ, PV31 ਹੋਈ ਪਈ ਆ ਜੀ, ਪੂਰੀ ਕਾਲਾ ਨਿਜ਼ਾਮਪੁਰੀਆ। ਹੈਲੋ ਗਗਨਦੀਪ ਜੀ, ਜੱਸੀ ਸਿੱਧੂ ਜੀ, ਗੌਰਵ ਸ਼੍ਰੀਵਾਸਤਵ ਜੀ, ਪੰਚਲ, ਅੰਕੁਸ਼, ਅਨੁਸ਼, ਅਲਕਾ ਠਾਕੁਰ, JK ਦੀਪ ਜੀ, ਰਜਤ ਪੰਡਿਤ ਜੀ, ਨਹਿਰੂ, ਰਾਬਤ ਰਾਜਪੂਤ ਜੀ, ਸੰਧੂ ਕਪੂਰੀਆਂ ਵਾਲਾ, ਮੁੰਨਾ ਬਾਈ, ਸੀ ਮਨੀ ਰਾਜਪੂਤ, ਲਓ ਜੀ ਨੇਹੂ ਰਾਬਤ ਰਾਜਪੂਤ ਜੀ ਫਿਰ ਮੈਸੇਜ ਕਰ ਰਹੇ ਨੇ, ਸੁਖਦੇਵ ਸੰਧੂ ਜੀ, ਵਾਰਿਸ ਦੀਪ ਜੀ, ਥੈਂਕ ਯੂ। ਸਾਡੀ ਮੂਵੀ ਪ੍ਰਾਹੁਣਾ ਜਲਦੀ ਤੁਹਾਡੇ ਰੂਬਰੂ ਹੋਵੇ, ਜਲਦੀ ਡੇਟ ਅਨਾਊਂਸ ਕਰਾਂਗੇ ਜੀ। ਕੁਛ ਦਿਨ ਦਾ ਸ਼ੂਟ ਰਹਿ ਗਿਆ, ਕੁਛ ਦਿਨ ਦਾ ਅਸੀਂ ਸ਼ੂਟ ਕਰ ਚੁੱਕੇ ਹਾਂਗੇ, ਥੋੜ੍ਹੇ ਦਿਨ ਰਹਿ ਗਏ। ਲਓ ਜੀ ਹੁਣ ਅਸੀਂ ਫਿਲਮ ਦੇ ਇੱਕ ਆਰਟਿਸਟ ਰਹਿ ਚੁੱਕੇ ਨੇ, ਜਿਹੜੇ ਤੁਹਾਨੂੰ ਪਤਾ ਹੀ ਗਏ, ਬੜੀ ਸੋਹਣੀ ਕੁੜੀ ਹੈ। ਆਲਰੇਡੀ ਅਸੀਂ ਕੰਮ ਕਰ ਚੁੱਕੇ ਅੰਗਰੇਜ਼ੀ ਵਾਲੀ ਮੈਡਮ ਦੇ ਵਿੱਚ, ਅਤੇ ਪ੍ਰਾਹੁਣਾ ਦੀ ਸਾਰੀ ਸਟਾਰਕਾਸਟ ਗੱਲ ਕਰ ਚੁੱਕੀ ਹੈ, ਕੁਛ ਰਹਿ ਗਏ। ਅਤੇ ਉਹਨਾਂ ਦੇ ਵਿੱਚੋਂ ਵਾਮਿਕਾ ਸਾਡੀ ਫਿਲਮ ਦੀ ਹੀਰੋਇਨ ਤੁਹਾਡੇ ਨਾਲ ਗੱਲਬਾਤ ਕਰੂਗੀ। ਤੁਸੀਂ ਨਾਲ ਮੈਸੇਜ ਵੀ ਪੜ੍ਹਦੇ ਤੇ ਗੱਲਬਾਤ ਵੀ ਕਰਦੇ। ਹੈਲੋ ਗਾਇਸ, ਸੋਰੀ ਮੈਂ ਸੂਟ ਨਹੀਂ ਰਿਵੀਲ ਕਰਨਾ, ਇਸ ਲਈ ਮੈਂ ਦੁਪੱਟਾ ਲੈ ਲਿਆ। ਸਤਿ ਸ਼੍ਰੀ ਅਕਾਲ ਸਾਰਿਆਂ ਦੇ, ਬਹੁਤ ਸਤਿ ਸ਼੍ਰੀ ਅਕਾਲ ਆ ਰਹੇ ਨੇ ਯਾਰ। ਇੱਥੇ ਬਹੁਤ ਗੰਦੀ ਲਾਈਟਿੰਗ ਹੈ, ਸਦੀਕ ਦੀ ਸ਼ੀਨ ਹੈ ਕੁੜੀ, ਮਾਮਾ ਨਹੀਂ ਨਹੀਂ ਸਦੀਕ ਨਹੀਂ, ਚਮਕੀਲਾ ਸਾਹਿਬ। ਯੈਸ, ਸਤਿ ਸ਼੍ਰੀ ਅਕਾਲ ਜੀ, ਅਸੀਂ ਫਿਲਮ ਦੀ ਸ਼ੂਟ ਕਰ ਰਹੇ ਹਾਂ ਪ੍ਰਾਹੁਣਾ, ਐਂਡ ਬਹੁਤ ਮਜ਼ਾ ਆ ਰਿਹਾ। ਹੁਣੇ ਮੈਂ ਆਪਣੀ ਦੂਸਰੀ ਕੋਸਟਿਊਮ ਪਾਉਣ ਲੱਗੀ ਕਿਉਂਕਿ ਬਹੁਤ ਸੋਹਣੀ ਹੈ, ਐਂਡ ਸਰਪ੍ਰਾਈਜ਼ ਹੈ ਇੱਕ ਫਿਲਮ ਦੇ ਵਿੱਚ, ਬਹੁਤ ਪਿਆਰਾ ਜਿਹਾ ਛੋਟਾ ਜਿਹਾ ਸਰਪ੍ਰਾਈਜ਼ ਅਤੇ ਮੇਰੇ ਕੈਰੈਕਟਰ ਨੂੰ ਲੈ ਕੇ, ਐਂਡ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਬਹੁਤ ਪਸੰਦ ਆਏਗਾ। ਬਾਕੀ ਮੈਂ ਕੁਲਵਿੰਦਰ ਬਿੱਲਾ ਜੀ ਨਾਲ ਸੈਕਿੰਡ ਟਾਈਮ ਕੰਮ ਕਰਨ ਲੱਗੀ ਹਾਂ, ਹੈ ਨਾ, ਐਂਡ ਪਹਿਲੇ ਵਾਲੇ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ ਅੰਗਰੇਜ਼ੀ ਵਾਲੀ ਮੈਡਮ ਨੂੰ। ਤੁਹਾਡੀ ਡਿਮਾਂਡ ਦੇ ਉੱਤੇ ਹੀ ਅਸੀਂ ਨੇ, ਸਾਡੀ ਸਾਰੀ ਟੀਮ ਨੇ ਡਿਸਾਈਡ ਕੀਤਾ ਕਿ ਵਾਮਿਕਾ ਨੂੰ ਫਿਰ ਤੋਂ ਸਾਡੀ ਮੂਵੀ ਦੇ ਵਿੱਚ ਆਉਣਾ ਚਾਹੀਦਾ। ਸਾਰੀ ਟੀਮ ਬਣੀ ਹੈ ਅਤੇ ਵਾਮਿਕਾ ਬਹੁਤ ਅੱਛੀ ਆਰਟਿਸਟ ਹੈ, ਬਹੁਤ ਵਧੀਆ ਕੰਮ ਕਰਦੀ ਹੈ, ਅਤੇ ਮੈਂ ਥੈਂਕ ਯੂ ਕਰਦਾ ਸਾਰੀ ਟੀਮ ਦਾ ਅਤੇ ਵਾਮਿਕਾ ਜੀ ਦਾ ਕਿ ਤੁਸੀਂ ਇਹ ਸਾਡੇ ਇਸ ਪ੍ਰੋਜੈਕਟ ਦੇ ਨਾਲ ਜੁੜੇ। ਥੈਂਕ ਯੂ, ਮਾਈ ਪਲੇਜ਼ਰ। ਇੱਕ ਵੀ ਕਹਿ ਰਿਹਾ ਕਿ ਭਾਜੀ ਬਹੁਤ ਸੋਹਣੀ ਮਾਡਲ ਹੈ, ਵਿਆਹ ਕਰਾ ਦੇ ਮੇਰਾ। ਓਏ ਹੋਏ, ਉਹ ਬਾਈ ਓਏ ਮੇਰੇ ਵੀਰੇ, ਹੈ ਨਹੀਂ ਯਾਰ ਇਹ ਕੁੜੀ ਬਹੁਤ ਵਧੀਆ। ਮੈਂ ਡਾਡ ਦਾ ਨੰਬਰ ਸੈਂਡ ਕਰ ਦਿੰਦੀ ਆ, ਗੱਲ ਕਰ ਲਓ ਤੁਸੀਂ, ਠੀਕ ਹੈ? ਹਾਂ ਸਹੀ ਹੈ, ਬਹੁਤ ਮੈਸੇਜ ਆਉਣਗੇ, ਬਹੁਤ ਮੈਸੇਜ ਆਉਣਗੇ, ਕੁੜੀ ਹੈ ਹੀ ਸੋਹਣੀ ਹੈ ਭਾਈ। ਤੇ ਹੋਰ ਕੀ ਗੱਲ ਕਰੀਏ, ਮੈਸੇਜਾਂ ਦਾ ਜਵਾਬ ਦੇ ਦਿਓ ਸਾਰਿਆਂ ਦਾ। ਕੰਗ੍ਰੈਚੁਲੇਸ਼ਨਸ ਮੈਮ, ਥੈਂਕ ਯੂ ਗਾਇਸ, ਥੈਂਕ ਯੂ ਨੇਹਾ ਰਾਵਤ, ਥੈਂਕ ਯੂ ਕੁਲਦੀਪ ਜੀ, ਹੈਲੋ, ਥੈਂਕ ਯੂ ਗੁਰਜਿੰਦਰ ਜੀ, ਤੁਹਾਨੂੰ ਮੁਬਾਰਕਾਂ, ਥੈਂਕ ਯੂ। ਰੀਨਾ ਪ੍ਰੁਥੀ ਪੁੱਛ ਰਹੇ ਨੇ ਕਿੱਦਾਂ ਬਾਈ? ਪੂਰੇ ਵਧੀਆ ਜੀ, ਕਹਿਣ ਦਾ ਬਾਤ ਆ ਜਮਾ, ਤੁਸੀਂ ਮੜਾ ਗਾਣੇ ਤੇ ਸਿੰਕ ਕਰ ਦੋ। ਆਹ ਖਿੱਚ ਕੇ ਦਿੱਤਾ। ਲਓ ਜੀ ਬਹੁਤ ਸਾਰੇ ਹਜੇ ਆਰਟਿਸਟ ਪਏ ਨੇ ਆਪਾਂ, ਲਓ ਜੀ ਅਗਲੇ ਆਰਟਿਸਟ ਕੋਲ ਲੈ ਕੇ ਚੱਲਦੇ ਤੁਹਾਨੂੰ। ਨੀਰਜ ਨਾਗਰਾ ਨੇਜੂ ਜੱਟ ਪੁੱਛ ਰਿਹਾ, ਕੁਲਵਿੰਦਰ ਬਿੱਲਾ ਜੀ ਆਪਣਾ ਨੰਬਰ ਸੈਂਡ ਕਰ ਦਿਓ, ਉਹਨਾਂ ਸੈਂਡ ਕਰ ਦਿੰਦਾ ਤੁਹਾਡਾ ਨੰਬਰ ਕਰ ਦਿਓ। ਨਹੀਂ ਠੀਕ ਹੈ, ਮੈਂ ਵਾਮਿਕਾ ਦਾ ਨੰਬਰ ਸੈਂਡ ਕਰ ਲਾਂਗਾ ਤੁਹਾਨੂੰ ਜਲਦੀ, ਠੀਕ ਹੈ? ਲਓ ਜੀ ਥੈਂਕ ਯੂ ਸੋ ਮੱਚ। ਨੈਕਸਟ ਆਰਟਿਸਟ ਕੋਲ ਆਪਾਂ ਚੱਲੇ ਹਾਂ ਜੀ, ਨਾਲ ਪਿੱਛੇ ਲਾਈਵ ਚਲਾ ਰੱਖਿਆ, ਕਿਆ ਬਾਤ ਹੈ ਜੀ, ਸਾਡੇ ਫੈਨ ਪਿਆਰ ਕਰਨ ਵਾਲੇ ਪਹੁੰਚੇ ਹੋਏ ਨੇ ਬਹੁਤ ਸਾਰੇ ਸੈੱਟ ਦੇ ਉੱਤੇ, ਆ ਜਾਓ ਜੀ ਆਪਾਂ ਫੋਟੋਆਂ ਕਰੀਏ। ਲਓ ਜੀ ਤੁਸੀਂ ਸੈੱਟ ਤੇ ਆਏ ਹੋ ਪ੍ਰਾਹੁਣਾ ਦੇ ਸੈੱਟ ਦੇ ਉੱਤੇ, ਤੁਸੀਂ ਪਿਆਰ ਕਰ ਦਿਓ। ਸੂਬੇ ਦਾ ਜਗਿੰਦਰ ਸਿੰਘ ਬਹੁਤ ਵਧੀਆ, ਟ੍ਰੇਲਰ ਤਾਂ ਤੁਸੀਂ ਦੇਖ ਹੀ ਲਿਆ ਮੇਰੇ ਖਿਆਲ, ਤੇ ਤੁਸੀਂ ਸਾਰੇ ਦੁਆਵਾਂ ਦਿਓ, ਬਹੁਤ ਵਧੀਆ ਸੱਚੀ ਸੁੱਚੀ ਕਹਾਣੀ ਨੂੰ ਇੱਕ ਮੂਹਰੇ ਲੈ ਕੇ ਆਏ ਆ ਆਪਣੇ ਸਾਰਿਆਂ ਦੇ, ਤੇ ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ। ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ ਮੈਂ 2 ਮਿੰਟ ਬਾਅਦ ਤੁਹਾਡਾ ਫੋਟੋ ਕਰਾਉਣਾ। ਦੇਖੋ ਜੀ ਟੀਮ ਦੇ ਵਿੱਚ ਬਹੁਤ ਸਾਰੇ ਬੰਦੇ ਹੁੰਦੇ ਨੇ ਆਰਟਿਸਟਾਂ ਤੋਂ ਬਿਨਾਂ, ਬਹੁਤ ਵੱਡਾ ਕਰਿਊ ਹੈ ਜੀ, ਤੁਸੀਂ ਗੱਡੀਆਂ ਦੇਖ ਸਕਦੇ ਹੋ ਸਾਰੇ। ਹਾਂਜੀ ਕਿਵੇਂ ਹੋ ਬਾਈ, ਠੀਕ ਹੋ?
ਤੁਸੀਂ ਸੈੱਟ ਤੇ ਮਾੜਾ ਮੋਟਾ ਆਇਆ ਫਿਲਮ ਦੇਖੀ ਕਿ ਨਹੀਂ ਦੇਖੀ ਅਜੇ ਸ਼ੂਟ ਹੁੰਦੀ ਵਧੀਆ ਲੱਗ ਰਿਹਾ ਪੂਰਾ ਸਵਾਦ ਆ ਰਿਹਾ ਚਲੋ ਜੀ ਠੀਕ ਆ ਜੀ ਥੈਂਕ ਯੂ ਸੋ ਮੱਚ ਦੁਬਾਰੇ ਫਿਰ ਲਾਈਵ ਹੁੰਦੇ ਹਾਂ ਜੀ ਫਿਲਹਾਲ ਅਸੀਂ ਅਗਲਾ ਸ਼ਾਰਟ ਰੈਡੀ ਹੈਗਾ ਮੈਂ ਸ਼ਾਰਟ ਤੇ ਜਾਣ ਲੱਗਿਆ ਥੈਂਕ ਯੂ ਸੋ ਮੱਚ ਲਵ ਯੂ ਸਾਰਿਆਂ ਨੂੰ ਬਹੁਤ ਸਾਰਾ ਥੈਂਕ ਯੂ